ਦਿੱਲੀ ਤੋਂ ਸੰਗਤਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ 'ਤੇ ਬਣੇ ਹੋਏ ਗੁਰੂ ਧਾਮਾਂ ਦੇ ਦਰਸ਼ਨ ਕਰਨ ਦੇ ਲਈ ਡੇਰਾ ਸੱਚਖੰਡ ਬੱਲਾਂ ਵਿਖੇ ਪਹੁੰਚੀਆਂ। ਸ਼੍ਰੀ ਗੁਰੂ ਰਵਿਦਾਸ ਵਿਸ਼ਰਾਮ ਧਾਮ ਕਰੋਲ ਬਾਗ ਦੇਵਨਗਰ ਦਿੱਲੀ ਗੁਰੂ ਘਰ ਤੋਂ ਸੰਗਤਾਂ ਜਿਹੜੀਆਂ ਆ ਬੱਸ ਭਰ ਕੇ ਡੇਰਾ ਸੱਚਖੰਡ ਬੱਲਾਂ ਵਿਖੇ ਪਹੁੰਚੀਆਂ ਔਰ ਸੰਤਾਂ ਮਹਾਂਪੁਰਸ਼ਾਂ ਤੋਂ ਲਿਆ ਆਸ਼ੀਰਵਾਦ। ਡੇਰਾ ਸੱਚਖੰਡ ਬੱਲਾਂ ਦੇ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਦਾ ਪ੍ਰਚਾਰ ਪ੍ਰਸਾਰ ਇਕੱਲਾ ਪੰਜਾਬ ਹੀ ਨਹੀਂ, ਇਕੱਲਾ ਭਾਰਤ ਹੀ ਨਹੀਂ, ਸਗੋਂ ਦੁਨੀਆ ਦੇ ਕੋਨੇ ਕੋਨੇ ਵਿੱਚ ਕੀਤਾ ਜਾਂਦਾ ਹੈ ਅਤੇ ਸੰਗਤਾਂ ਵੀ ਪੂਰੀ ਦੁਨੀਆ ਤੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਇਸ ਧਾਰਮਿਕ ਸਥਾਨ ਡੇਰਾ ਸੱਚਖੰਡ ਬੱਲਾਂ ਵਿਖੇ ਪਹੁੰਚਦੇ ਹਨ। ਸੰਤ ਸਰਵਣ ਦਾਸ ਮਹਾਰਾਜ ਜੀ, ਸੰਤ ਨਿਰੰਜਣ ਦਾਸ ਮਹਾਰਾਜ ਜੀ, ਸੰਤਾਂ ਮਹਾਂਪੁਰਸ਼ਾਂ ਦਾ ਜਿਹੜਾ ਓਟ ਆਸਰਾ ਲੈ ਕੇ ਆਪਣੀ ਜ਼ਿੰਦਗੀ ਨੂੰ ਕਾਮਯਾਬ ਬਣਾਉਂਦੀਆਂ ਨੇ। ਜੈ ਗੁਰਦੇਵ, ਧੰਨ ਗੁਰਦੇਵ ਜੀ। ਦੇਖੋ ਇਸ ਵੀਡੀਓ ਨੂੰ ਤਾਂ ਸ਼ੇਅਰ ਜ਼ਰੂਰ ਕਰ ਦਿਓ। ਓ ਰੂਹਾਂ ਬੱਲਾਂ ਵਸਦੀਆਂ ਜੋ ਰੱਬ ਦਾ ਰਸਤਾ ਵਸਦੀਆਂ, ਓ ਰੂਹਾਂ ਬੱਲਾਂ ਵਸਦੀਆਂ ਓ ਰੱਬ ਦਾ ਰਸਤਾ ਵਸਦੀਆਂ, ਓ ਰੂਹਾਂ ਬੱਲਾਂ ਵਸਦੀਆਂ ਜੋ ਰੱਬ ਦਾ ਰਸਤਾ ਵਸਦੀਆਂ, ਰੂਹਾਂ ਬੱਲਾਂ ਵਸਦੀਆਂ ਜੋ ਰੱਬ ਦਾ ਰਸਤਾ ਵਸਦੀਆਂ, ਓ ਰੂਹਾਂ ਬੱਲਾਂ ਵਸਦੀਆਂ ਓ ਰੱਬ ਦਾ ਰੱਬ ਦਾ ਰਸਤਾ ਦੱਸਦੀਆਂ, ਰੱਬ ਦਾ ਰਸਤਾ ਦੱਸਦੀਆਂ, ਰੱਬ ਦਾ ਰਸਤਾ ਦੱਸਦੀਆਂ, ਰੱਬ ਦਾ ਰਸਤਾ ਦੱਸਦੀਆਂ, ਨਾਮ 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 ਦਾ ਰਸਤਾ ਦੱਸਦੀਆਂ, ਓ ਰੂਹਾਂ ਬੱਲਾਂ ਵਸਦੀਆਂ ਨਾਮ ਦਾ ਰਸਤਾ ਦੱਸਦੀਆਂ, ਓ ਰੂਹਾਂ ਬੱਲਾਂ ਵਸਦੀਆਂ ਨਾਮ ਦਾ ਰਸਤਾ ਦੱਸਦੀਆਂ, ਓ ਰੂਹਾਂ ਬੱਲਾਂ ਵਸਦੀਆਂ ਜੋ ਰੱਬ ਦਾ ਰਸਤਾ ਦੱਸਦੇ, ਬੋਲੋ ਓ ਰੂਹਾਂ ਬੱਲਾਂ ਵਸਦੀਆਂ ਜੋ ਰੱਬ ਦਾ ਰਸਤਾ ਦੱਸਦੀਆਂ, ਓ ਰੂਹਾਂ ਬੱਲਾਂ। ਆਵਾਜ਼ ਆਉਣੀ ਬੰਦ ਹੋ ਗਈ, ਗਰਮੀ ਬਹੁਤ ਜ਼ਿਆਦਾ, ਕੋਈ ਨਹੀਂ, ਇਸ ਇਹਨਾਂ ਮੌਸਮਾਂ ਦੇ ਵਿੱਚ ਹੀ ਮਹਾਰਾਜ ਵੀ ਸਿਮਰਨ ਕਰਦੇ ਰਹੇ ਆ। ਅੱਜ ਤੇ ਸਾਧਨ ਸੰਸਾਧਨ ਪੈਦਾ ਹੋ ਗਿਆ, ਯਾਦ ਕਰੋ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਨੂੰ। ਆਪਣੇ ਜੀਵਨ ਕਾਲ ਅੰਦਰ ਕਿੰਨੀਆਂ ਯਾਤਰਾਵਾਂ ਕੀਤੀਆਂ, ਬੋਲੋ ਬਾਈ, ਕਿੰਨੀਆਂ ਸੰਗਤਾਂ ਕੀਤੀਆਂ। ਅਸੀਂ ਇਤਿਹਾਸ ਨਹੀਂ ਪੜ੍ਹਦੇ, ਆਪਣੇ ਜੀਵਨ ਕਾਲ ਅੰਦਰ ਉਹਨਾਂ ਨੇ 8 ਯਾਤਰਾਵਾਂ ਕੀਤੀਆਂ, ਪੂਰੇ ਸੰਸਾਰ ਦੀ ਯਾਤਰਾ ਕੀਤੀ। ਤੇ ਪਿਆਰਿਓ, ਯਾਤਰਾ ਜਦੋਂ ਕਰਦੇ ਆ
ਤੇ ਪਿਆਰੇ ਪੈਦਲ ਯਾਤਰਾ ਅੱਜ ਤੇ ਬੈਠੇ ਆ ਆਪਾਂ ਇਸ ਕਰਕੇ ਪਿਆਰਿਓ ਜਦੋਂ ਮਨ ਡੋਲੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਰਵਿਦਾਸ ਜੀ ਮਹਾਰਾਜ ਜੀ ਨੂੰ ਯਾਦ ਕਰਿਆ ਕਰੋ ਪਿਆਰਿਓ ਸੰਤਾਂ ਚੋਂ ਸੰਤ ਸਤਿਗੁਰੂ ਰਵਿਦਾਸ ਜੀ ਮਹਾਰਾਜ ਸਤਿਗੁਰ ਸਵਾਮੀ ਸਰਵਨ ਦਾਸ ਜੀ ਮਹਾਰਾਜ ਵਿਦਵਾਨਾਂ ਚੋਂ ਵਿਦਵਾਨ ਬਾਬਾ ਸਾਹਿਬ ਵਰਗ ਇਹ ਚੇਤਾ ਰੱਖਿਓ ਪਿਆਰਿਓ ਮਨ ਡੋਲਣਾ ਨਹੀਂ ਚਾਹੀਦਾ ਬੋਲੋ ਬੱਲਾ ਵਸਦਿਆ ਜੋ ਰੱਬ ਦਾ ਰਸਤਾ ਵਸਦਿਆ ਉਹ ਰੂਹਾਂ ਬੱਲਾ ਵਸਦਿਆ ਰੱਬ ਦਾ ਰਸਤਾ ਰੱਬ ਦਾ ਰਸਤਾ ਦੱਸਦਿਆ ਰੱਬ ਦਾ ਰਸਤਾ ਦੱਸਦਿਆ ਰੱਬ ਦਾ ਰਸਤਾ ਦੱਸਦਿਆ ਰੱਬ ਦਾ ਰਸਤਾ ਦੱਸ ਰੂਹਾਂ ਬੱਚੇ ਵੀ ਨਾਮ ਨਾਲ ਜੁੜ ਜਾਣ ਹੱਥ ਉੱਪਰ ਨੂੰ ਕਰੋ ਕੌਣ ਕੌਣ ਚਾਹੁੰਦਾ ਅੱਧੇ ਦੇ ਥੱਲੇ ਹੀ ਅੱਧਿਆਂ ਦੇ ਹੱਥ ਦੇ ਥੱਲੇ ਹੀ ਹੈ ਕੋਈ ਗੱਲ ਨਹੀਂ ਭਾਈ ਚੁੰਬਕ ਜਿਹੜੀ ਹੁੰਦੀ ਆ ਉਹਦੇ 'ਚ ਬਹੁਤ ਤਾਕਤ ਹੁੰਦੀ ਹੈ ਉਹਨੇ ਆਪੇ ਖਿੱਚ ਲੈਣਾ ਤੁਸੀਂ ਇੱਕ ਵਾਰੀ ਬਹਿ ਗਏ ਮਹਾਰਾਜ ਜੀ ਨੇ ਆਪੇ ਕਿਰਪਾ ਕਰ ਦੇਣੀ ਹੈ ਬੋਲੋ ਬੇਨਤੀ ਕਰੀਏ ਅੱਜ ਪਿਆਰਿਓ ਸਾਰੇ ਪਰਿਵਾਰ ਨੂੰ ਬਖਸ਼ ਦੇ